INLD ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਅੱਜ ਕੱਲ ਹਰਿਆਣਾ ਦੇ ਪਿੰਡਾਂ ਦੇ ਦੌਰੇ ਤੇ ਨੇ। ਐਤਵਾਰ ਨੂੰ ਉਹ ਯਮੁਨਾਨਗਰ ਦੇ ਪਿੰਡਾਂ ਵਿੱਚ ਰਹੇ ਤੇ ਇਸ ਦੌਰਾਨ ਓਪੀ ਚੌਟਾਲਾ ਨੇ INLD ਨੂੰ ਮਜ਼ਬੂਤੀ ਦੇਣ ਲਈ ਕਿਹਾ ਤੇ ਨਾਲ ਹੀ ਇਸ ਵਾਇਲ ਦੇ ਮੁੱਦੇ ਤੇ ਕੈਬਨਿਟ ਮੰਤਰੀ ਅਨਿਲ ਵਿਜ ਦੇ ਬਿਆਨ ਤੇ ਚੁਟਕੀ ਲਈ। ਜੀਬੀਟੀ ਘਟਾਲੇ 'ਚ ਸਜ਼ਾ ਜਾਪਦਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਅੱਜ ਕੱਲ ਇੱਕ ਮਹੀਨੇ ਦੀ ਪਰੋਲ ਤੇ ਜੇਲ੍ਹ ਤੋਂ ਬਾਹਰ ਨੇ ਤੇ ਆਪਣੇ ਪ੍ਰੋਗਰਾਮ ਅਨੁਸਾਰ ਅਨੈਲੋ ਪ੍ਰਧਾਨ ਐਤਵਾਰ ਨੂੰ ਯਮੁਨਾਨਗਰ ਪਹੁੰਚੇ ਜਿੱਥੇ ਅਨੈਲੋ ਵਰਕਰਾਂ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਦੌਰਾਨ ਓਪੀ ਚੌਟਾਲਾ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੀ ਮੈਂਬਰਸ਼ਿਪ ਵਧਾਉਣ ਦੀ ਗੱਲ ਕਹੀ। ਨਾਲ ਹੀ ਉਹਨਾਂ ਕਿਹਾ ਕਿ 4 ਮਾਰਚ ਨੂੰ ਜੇਲ੍ਹ 'ਚ ਸਰੈਂਡਰ ਕਰਨ ਤੋਂ ਪਹਿਲਾਂ ਉਹ ਹਰਿਆਣਾ ਦੇ ਸਾਰੇ ਪਿੰਡਾਂ ਦਾ ਦੌਰਾ ਕਰਨਗੇ। ਅਨੈਲੋ ਮਾਂ ਕੇਵਲ ਫੋਟੋ ਸੈਸ਼ਨ ਨਾ ਕਰਾਏ, ਨਹਿਰ ਖੋਦ ਕੇ ਦਿਖਾਏ, ਨਹੀਂ ਨਹੀਂ ਤਾਂ ਹਰਿਆਣਾ ਦਾ ਨਾਮ ਡੁੱਬ ਜਾਏਗਾ। सारे हालात को देख के 22 तारीख को फैसला करने केंद्र की और प्रदेश की सरकारों को सख्त दिखाई देगी कि जल्द से जल्द ਅਨੈਲੋ ਪ੍ਰਧਾਨ ਓਪੀ ਚੌਟਾਲਾ ਨੇ SYL ਦੇ ਮੁੱਦੇ ਤੇ ਅਨਿਲ ਵਿਜ ਦੇ ਬਿਆਨ ਤੇ ਚੁਟਕੀ ਵੀ ਲਈ ਤੇ ਨਾਲ ਹੀ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ SYL ਦਾ ਪਾਣੀ ਵਾਪਸ ਲਿਆਉਣ ਦੀ ਗੱਲ ਵੀ ਕਹੀ ਤੇ ਉਹਨਾਂ ਕਿਹਾ ਕਿ ਜੇ ਸਰਕਾਰ ਪਾਣੀ ਲਿਆਉਣ 'ਚ ਨਾਕਾਮ ਰਹੀ ਤਾਂ ਅਨੈਲੋ ਇਸ ਕੰਮ ਨੂੰ ਪੂਰਾ ਕਰੇਗੀ। मेरी गैर हाजिरी में आपने संगठन को बहुत मजबूत बनाया, ज़्यादा से ज़्यादा लोगों को पार्टी के सदस्य बनाई कि आने वाली सरकार इंडियन नेशनल लोकदल पार्टी की हो। ਪੰਜਾਬ ਤੇ ਹਰਿਆਣਾ ਦੇ ਵਿਚਕਾਰ ਲੰਮੇ ਸਮੇਂ ਤੋਂ ਵਿਵਾਦ ਦਾ ਕਾਰਨ ਰਹੇ SYL ਦੇ ਮੁੱਦੇ ਤੇ ਦੋਹਾਂ ਸੂਬਿਆਂ 'ਚ ਅਕਸਰ ਹੀ ਸਿਆਸਤ ਦੇਖਣ ਨੂੰ ਮਿਲਦੀ ਹੈ। ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਮੁੱਦਾ ਖਾਸਾ ਸਰਗਰਮ ਰਿਹਾ ਤੇ ਹੁਣ ਹਰਿਆਣਾ 'ਚ ਇਸ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ। ਅਨੈਲੋ ਨੇ 23 ਫਰਵਰੀ ਨੂੰ SYL ਨਹਿਰ ਦੀ ਖੁਦਾਈ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਵੀਨਾ ਰਾਣੀ, ਜੀ ਮੀਡੀਆ, ਯਮੁਨਾਨਗਰ।